शरीर च गर्मी पै गई है जां फिर स्ट्रेस है, इन्हां दोवां चीज़ां दा एक हल है संदल दा शरबत। एक लीटर जिहड़ा गुलाब जल है उहदे विच 100 ग्राम तुसीं संदल दा बूरा रात नूं भिओं के रखना है ते सुबह उहनूं 2 वार या 3 वार उबाल लेना है ते उबालण तों बाद उहनूं छाण लेना। गुलाब जल दे विच भिओंया होया उबालिया होया संदल है जी, ते हुण इह उबलेगा थोड़ा समां ते अपना गर्म होएगा ते फिर इहनूं आपां छाणी लावांगे ते शरबत तैयार है जी। ਮਹਿੰਗਾ ਤਾਂ ਨਹੀਂ ਬਈ ਬਾਜ਼ਾਰ 'ਚ ਮਿਲ ਜਾਂਦਾ? ਨਾ 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 ਜੀ, ਆਰਾਮ ਨਾਲ ਜੀ, ਇਹ ਤਾਂ ਬਹੁਤ ਜਿਵੇਂ ਕਹਿ ਲਓ ਵੀ ਚੀਪ ਕਹਿ ਸਕਦੇ ਹਾਂ ਵੀ ਬਹੁਤ ਸਸਤਾ ਹੈ ਜੀ। ਪੁਰਾਣੇ ਸਮਿਆਂ 'ਚ ਸਾਡੇ ਬਜ਼ੁਰਗ ਘਰ ਬਣਾਉਂਦੇ ਹੁੰਦੇ ਸੀਗੇ, ਆਪਾਂ ਸਿੱਖਾਂਗੇ। ਵੈਦ ਸਾਹਿਬ ਕੋਲ ਆਏ ਹਾਂ, ਸੰਦਲ ਦਾ ਸ਼ਰਬਤ ਘਰ ਕਿਵੇਂ ਬਣੇ? ਪੈਸੇ ਵੀ ਬਹੁਤ ਘੱਟ ਲੱਗਣੇ ਨੇ, ਤਾਂ ਵੱਡੀਆਂ ਵੱਡੀਆਂ ਬਿਮਾਰੀਆਂ ਚੱਕਦੀਆਂ ਨੇ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਬਾਈ, ਸੰਦਲ ਦਾ ਸ਼ਰਬਤ ਕੀ ਵਿਧੀ ਹੈਗੀ ਬਣਾਉਣ ਦੀ? ਹਾਂਜੀ, ਬੜੀ ਆਸਾਨ ਵਿਧੀ ਹੈ ਜੀ। ਇਹ ਸੰਦਲ ਦਾ ਸ਼ਰਬਤ ਆਪਾਂ ਹੁਣ ਬਣਾਵਾਂਗੇ ਸੰਦਲ ਦੇ ਬੂਰੇ ਤੋਂ, ਇਹਦਾ ਜਿਹੜਾ ਬਣਨਾ ਸ਼ੁਰੂ ਹੁੰਦਾ ਹੈ ਜੀ। ਅਤੇ ਦਿਮਾਗ ਦੇ ਸਟ੍ਰੈਸ ਵਾਸਤੇ ਅਤੇ ਦਿਮਾਗ ਦੀ ਕਿਸੇ ਵੀ ਜਿਵੇਂ ਮਾਈਗ੍ਰੇਨ ਹੋ ਗਿਆ ਅਤੇ ਹੋਰ ਇਹ ਦਿਮਾਗ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਕਰਕੇ, ਮਿਹਦੇ ਵਾਸਤੇ, ਮਤਲਬ ਕਿ ਸਾਰੇ ਬੰਨੇ ਹੀ ਲਾਭ ਕਰ ਗਿਆ। ਜਿਵੇਂ ਆਪਾਂ ਸ਼ਰਦਾਈ ਛਕਦੇ ਹਾਂ ਅਤੇ ਉਸੇ ਤਰ੍ਹਾਂ ਹੀ ਇਹ ਸੰਦਲ ਦਾ ਸ਼ਰਬਤ ਵੀ ਇਸੇ ਪ੍ਰਯੋਗ ਦੇ ਵਿੱਚ ਹੀ ਆਉਂਦਾ ਹੈ ਵੀ ਇਹ ਸਰੀਰ ਵਾਸਤੇ ਸਾਰੇ ਲਈ ਬੜਾ ਅੱਛਾ ਹੁੰਦਾ, ਗਰਮੀਆਂ ਦੀ ਰੁੱਤਾਂ 'ਚ ਖਾਸ ਕਰਕੇ। ਹੁਣ ਜਿਵੇਂ ਅੱਗੇ ਗਰਮੀਆਂ ਦੀਆਂ ਰੁੱਤਾਂ ਆ ਰਹੀਆਂ ਨੇ, ਸੋ ਆਪਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ। ਇਹਦੇ ਨਾਲ ਇਹ ਸਰੀਰ ਅੱਛਾ ਦਰੁਸਤ ਹੋ ਜਾਂਦਾ ਅਤੇ ਚਮੜੀ ਵੀ ਵਧੀਆ ਬਣ ਜਾਂਦੀ ਹੈ ਜੀ। ਹੋਰ ਅਨੇਕਾਂ ਫਾਇਦੇ ਨੇ ਜੀ ਇਹਦੇ। ਹਾਂਜੀ, ਕਰੀਏ ਸ਼ੁਰੂ ਫਿਰ, ਕਿਵੇਂ ਬਣਦਾ, ਕੀ ਕੁਛ ਪੈਂਦਾ ਇਹ? ਹਾਂਜੀ, ਹੁਣ ਆਪਾਂ ਇਹ ਤੁਹਾਨੂੰ ਦੱਸਾਂਗੇ ਜੀ, ਸੰਦਲ ਦਾ ਬੂਰਾ ਲੈਣਾ ਜੀ 100 ਗ੍ਰਾਮ। 100 ਗ੍ਰਾਮ ਬੂਰਾ ਲੈ ਕੇ ਤੁਹਾਨੂੰ ਗੁਲਾਬ ਜਲ ਦੇ ਵਿੱਚ ਭੇਜ ਦਈਦਾ ਜੀ, ਗੁਲਾਬ ਦੇ ਜਲ ਵਿੱਚ, ਜਿਹੜਾ ਅਸਲੀ ਗੁਲਾਬ ਦਾ ਅਰਕ ਹੁੰਦਾ। ਇੱਕ ਤਾਂ ਸੈਂਸ ਵਾਲਾ ਅਰਕ ਮਿਲਦਾ ਆਪਣੇ ਅੱਜ ਕੱਲ੍ਹ ਬਾਜ਼ਾਰਾਂ 'ਚੋਂ, ਇੱਕ ਗੁਲਾਬ ਜਲ ਹੁੰਦਾ ਜੀ, ਅਰਕ ਹੁੰਦਾ ਗੁਲਾਬ ਦਾ, ਉਹਦੇ ਵਿੱਚ ਭੇਜ ਦਈਦਾ। 1 ਲੀਟਰ ਜਿਹੜਾ ਗੁਲਾਬ ਜਲ ਹੈ ਉਹਦੇ ਵਿੱਚ 100 ਗ੍ਰਾਮ ਤੁਸੀਂ ਸੰਦਲ ਦਾ ਬੂਰਾ ਰਾਤ ਨੂੰ ਭਿਓਂ ਕੇ ਰੱਖਣਾ ਹੈ ਅਤੇ ਸੁਬਹਾ ਉਹਨੂੰ 2 ਵਾਰ ਜਾਂ 3 ਵਾਰ ਉਬਾਲ ਲੈਣਾ ਹੈ ਅਤੇ ਉਬਾਲਣ ਤੋਂ ਬਾਅਦ ਉਹਨੂੰ ਛਾਣ ਲੈਣਾ। ਹਾਂ, ਸੋ ਇਸੇ ਤਰ੍ਹਾਂ ਆਪਾਂ ਉਹਨੂੰ ਗੁਲਾਬ ਜਲ 'ਚ ਰੱਖਿਆ ਸੀਗਾ ਅਤੇ 2 ਉਬਾਲੇ ਦਵਾ ਕੇ ਉਹਨੂੰ ਛਾਣਿਆ ਹੋਇਆ ਅਤੇ ਹੁਣ ਅੱਗੇ ਆਪਾਂ ਦੱਸਾਂਗੇ ਵੀ ਉਹਨੂੰ ਕਿਵੇਂ ਬਣਾਉਣਾ ਹੈ ਜੀ। ਕਰੀਏ ਸ਼ੁਰੂ ਜੀ। ਸੋ ਕੜਾਹੀ ਰੱਖ ਲਈਏ ਚੁੱਲ੍ਹੇ 'ਤੇ। ਇਹ ਆਪਾਂ ਜਿਹੜਾ ਗੁਲਾਬ ਜਲ ਦੇ ਵਿੱਚ ਸੰਦਲ ਭਿਓਂ ਕੇ ਰੱਖਿਆ ਸੀਗਾ ਅਤੇ ਫਿਰ ਉਹਨੂੰ 2 ਉਬਾਲੇ ਦਵਾਉਣ ਤੋਂ ਬਾਅਦ ਉਹਨੂੰ ਛਾਣ ਲਿਆ ਸੀਗਾ ਜੀ, ਅਤੇ ਇਹ ਉਹ ਹੈ ਜੀ ਆਪਾਂ ਪਾਉਣ ਲੱਗੇ ਇਹਦੇ ਵਿੱਚ। ਇਹ ਉਹ ਗੁਲਾਬ ਜਲ ਦੇ ਵਿੱਚ ਭਿਓਂਇਆ ਹੋਇਆ ਉਬਾਲਿਆ ਹੋਇਆ ਸੰਦਲ ਹੈ ਜੀ, ਅਤੇ ਹੁਣ ਇਹ ਉਬਲੇਗਾ ਥੋੜ੍ਹਾ ਸਮਾਂ ਅਤੇ ਆਪਣਾ ਗਰਮ ਹੋਏਗਾ ਅਤੇ ਫਿਰ ਇਹਨੂੰ ਆਪਾਂ ਛਾਣੀ ਲਾਵਾਂਗੇ ਅਤੇ ਸ਼ਰਬਤ ਤਿਆਰ ਹੈ ਜੀ। ਬੜਾ ਸੌਖਾ ਬਣਾਉਣਾ? ਸੌਖਾ ਜੀ, ਬਹੁਤ ਸੌਖਾ ਢੰਗ ਹੈ ਜੀ। ਸਾਲਾ ਮਹਿੰਗਾ ਤਾਂ ਨਹੀਂ ਬਈ ਬਾਜ਼ਾਰ 'ਚ ਮਿਲ ਜਾਂਦਾ? ਨਾ 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 ਜੀ, ਆਰਾਮ ਨਾਲ ਜੀ, ਇਹ ਤਾਂ ਬਹੁਤ ਜਿਵੇਂ ਕਹਿ ਲਓ ਵੀ ਚੀਪ ਕਹਿ ਸਕਦੇ ਹਾਂ ਵੀ ਬਹੁਤ ਸਸਤਾ ਸੌਦਾ ਹੈ ਜੀ। ਆਪਾਂ ਇੰਨੀਆਂ ਮਹਿੰਗੀਆਂ ਕੋਲਡ ਡਰਿੰਕ ਪੀਂਦੇ ਹਾਂ ਜਾਂ ਹੋਰ ਕੁਛ ਲੈਂਦੇ ਹਾਂ, ਉਹਦੇ ਮੁਕਾਬਲੇ ਤਾਂ ਕਿਤੇ ਸਸਤਾ ਅਤੇ ਕਿਤੇ ਵਧੀਆ, ਕਿਤੇ ਟਿਕਾਊਗਾ ਜੀ ਆਪਣੇ ਵਾਸਤੇ। ਸੋ ਸਾਰਿਆਂ ਨੂੰ ਇਹ ਘਰ ਬਣਾਉਣਾ ਚਾਹੀਦਾ, ਛਕਣਾ ਚਾਹੀਦਾ ਜੀ, ਬੜੀ ਜੈਨੂਨ ਜੀ ਚੀਜ਼ ਹੈ। ਇਹ ਰਸਤੰਤਰ ਸਾਰ ਦਾ ਸਿੱਧੇ ਪ੍ਰਯੋਗ ਦਾ ਨੁਸਖਾ ਹੈ ਜੀ, ਇਹ ਜਿਹੜਾ ਸੰਦਲ ਦਾ ਸ਼ਰਬਤ ਗੁਲਾਬ ਜਲ ਦੇ ਵਿੱਚ ਬਣਾਉਣ ਦਾ। ਊਂ ਇਹਨੂੰ ਗੁਲਾਬ ਜਲ ਦੀ ਥਾਂ 'ਤੇ ਕਈ ਪਾਣੀ ਦੇ ਵਿੱਚ ਵੀ ਬਣਾਉਂਦੇ ਆ ਜੀ, ਪਰ ਗੁਲਾਬ ਜਲ ਦੇ ਵਿੱਚ ਹੋਰ ਵਧੀਆ ਹੋ ਜਾਂਦਾ ਅਤੇ ਗੁਲਾਬ ਦਾ ਅਤੇ ਸੰਦਲ ਦਾ ਦੋਹਾਂ ਦਾ ਹੀ ਮਿਸ਼ਰਣ ਹੋ ਜਾਂਦਾ ਜੀ ਇਹਦੇ ਵਿੱਚ। ਜਿਵੇਂ ਗੁਲਾਬ ਦਾ ਸ਼ਰਬਤ ਵੀ ਵਿੱਚ ਹੀ ਆ ਗਿਆ ਅਤੇ ਸੰਦਲ ਦਾ ਵੀ ਵਿੱਚ, ਦੋਹੇ ਵਿੱਚ ਆ ਜਾਂਦੇ ਨੇ। ਤਾਂ ਇਹ ਗੁਲਾਬ ਜਲ ਦੇ ਜਿਵੇਂ ਆਪਦੇ ਗੁਣ ਨੇ, ਤਵਚਾ ਨੂੰ ਵਧੀਆ ਰੱਖਣਾ ਅਤੇ ਹੋਰ ਕਈ ਚੀਜ਼ਾਂ 'ਚ ਕੰਮ ਆਉਂਦਾ ਅਤੇ ਨਿਗਾਹ ਵਾਸਤੇ ਵਧੀਆ ਹੁੰਦਾ, ਸੋ ਇੱਦਾਂ ਦੇ ਕਈ ਫਾਇਦੇ ਕਰਦਾ ਜੀ ਇਹ ਦੋਹੇ ਜਣੇ ਰਲ ਕੇ। ਜਿਵੇਂ ਹਲਕਾ ਜਿਹਾ ਸੇਕਾ ਲੱਗ ਗਿਆ ਹੁਣ? ਹਾਂਜੀ, ਹੁਣ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ। ਹੁਣ ਖੰਡ ਜਿਹੜੀ ਆ ਇਹ ਹੁਣ ਤੁਹਾਡੀ ਵੀ ਵਧੀਆ ਚੀਜ਼ ਦੀ, ਵਧੀਆ ਕੁਆਲਿਟੀ ਦੀ ਵੀ, ਚਿਕੰਦਰ ਵਾਲੀ ਖੰਡ ਪਾ ਲਈਏ ਆਪਾਂ ਵੀ, ਜੇ ਮਾੜੀ ਖੰਡ ਪਾਉਂਗੇ ਤਾਂ ਚਾਹਣੀ ਮਾੜੀ ਬਣੂਗੀ, ਸ਼ਰਬਤ ਤੁਹਾਡਾ ਮਾੜਾ ਬਣੂਗਾ। ਅਤੇ ਇਹਦੇ ਵਿੱਚ ਖੰਡ ਤੁਸੀਂ ਵਧੀਆ ਪਾਉਣੀ ਹੈ, ਵੀ ਜਿਵੇਂ ਥੋੜ੍ਹੀ ਐਕਸਪੈਂਸਿਵ, ਥੋੜ੍ਹੀ ਮਹਿੰਗੀ ਖੰਡ ਜਿਹੜੀ ਹੁੰਦੀ ਹੈ ਉਹ ਪਾਉਂਗੇ ਤਾਂ ਫਿਰ ਵਧੀਆ ਬਣ ਲੈ। ਖੰਡ ਕਿੰਨੀ ਕਿੰਨੀ ਪਾਉਣੀ ਹੁੰਦੀ? ਖੰਡ ਇਹਦੇ ਵਿੱਚ ਆਪਾਂ ਇਹਦੇ ਵਿੱਚ 2.5 ਕਿਲੋ ਪਾਵਾਂਗੇ। ਇਹ ਮਿੱਠੇ ਮੁਤਾਬਕ 2 ਕਿਲੋ ਵੀ ਕਈ ਪਾਉਂਦੇ ਆ, 1.5 ਕਿਲੋ ਵੀ ਪਾ ਲੈਂਦੇ ਆ, ਅਤੇ ਪਰ ਇਹਦੇ ਵਿੱਚ ਆਪਾਂ ਜਿਵੇਂ ਹੁਣ 1 ਲੀਟਰ ਗੁਲਾਬ ਜਲ ਦੇ ਵਿੱਚ 1.5 ਲੀਟਰ ਗੁਲਾਬ ਜਲ ਅੰਦਾਜ਼ੇ ਨਾਲ ਰੱਖ ਸਕਦੇ ਹਾਂ, ਵੱਧ ਘੱਟ ਵੀ ਹੋ ਜਾਂਦਾ, ਅਤੇ 100 ਗ੍ਰਾਮ ਜਿਹੜਾ ਸੰਦਲ ਦਾ ਪਾਊਡਰ ਹੈ, ਅਤੇ ਇਹਦਾ ਜਿਹੜਾ ਹੁਣ ਜੋ ਵੀ ਇਹਦਾ ਬਣਿਆ ਨੁਸਖਾ ਤਿਆਰ ਹੋਇਆ, ਇਹਦੇ ਵਿੱਚ ਆਪਾਂ 2 ਕਿਲੋ 2.5 ਕਿਲੋ ਖੰਡ ਪਾ ਸਕਦੇ ਹਾਂ ਜੀ ਆਪਣੀ ਮਰਜ਼ੀ ਮੁਤਾਬਕ। ਹੁਣ ਇਹ ਮਹਿਕਣ ਲੱਗ ਪਿਆ ਹੈ ਨਾ, ਮੈਂ ਜਿਵੇਂ ਮਹਿਕਣ ਲੱਗ ਪਿਆ ਆਪਾਂ ਖੰਡ ਪਾ ਦੇਣੀ ਹੈ ਵਿੱਚ। ਮਾੜੀ ਮੋਟੀ ਵੱਧ ਘੱਟ ਵੀ ਹੋ ਸਕਦੀ ਹੈ ਖੰਡ, ਇਹ ਵੀ ਨਹੀਂ ਵੀ ਇੰਨੀ ਹੀ ਪਾਉਣੀ ਹੈ, ਮਿੱਠੇ ਦੇ ਹਿਸਾਬ ਨਾਲ ਵੱਧ ਘੱਟ ਵੀ ਸਕਦੀ ਹੈ। ਅੱਛਾ ਬਾਈ, ਫਿਰ ਤਾਂ ਇਹ ਸ਼ੂਗਰ ਦੇ ਮਰੀਜ਼ ਵਗੈਰਾ ਉਹ ਤਾਂ ਯੂਜ਼ ਕਰ ਹੀ ਨਹੀਂ ਸਕਦੇ? ਹਾਂ, ਸ਼ੂਗਰ ਦਿਆਂ ਨੂੰ ਦਿੱਕਤ ਹੈ ਵੀ ਜੇ, ਹਾਂਜੀ
ਜਿਨ੍ਹਾਂ ਨੂੰ ਬੀ ਪੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਹਾਂ ਉਹਨਾਂ ਲਈ ਤਾਂ ਨਹੀਂ ਕੋਈ ਦਿੱਕਤ ਵਾਲੀ ਗੱਲ, ਉਹ ਇਹਨੂੰ ਲੈ ਸਕਦੇ ਨੇ। ਸ਼ੂਗਰ ਵਾਲਿਆਂ ਲਈ ਹੈ ਮਸਲੇ ਦੀ ਗੱਲ ਵੀ, ਸ਼ੂਗਰ ਵਾਲੇ ਨਹੀਂ ਛੱਕ ਸਕਦੇ। ਸ਼ੂਗਰ ਵਾਲਿਆਂ ਤੋਂ ਹੋਰ ਵੀ ਬੜਾ ਕੁਛ ਨਹੀਂ ਛੱਕਣਾ ਚਾਹੀਦਾ ਵੈਸੇ ਵੀ, ਉਹਨਾਂ ਤੋਂ ਪਰਹੇਜ਼ ਹੀ ਹੈ ਜੀ ਸ਼ੂਗਰ ਵਾਲਿਆਂ ਲਈ ਤਾਂ, ਵੀ ਪਰਹੇਜ਼ ਕਰਨ ਤਾਂ ਵਧੀਆ। ਐਂ ਤਾਂ ਨਹੀਂ ਕੋਈ ਗੁੜ ਗੁੜ ਪਾ ਕੇ ਉਹ ਬਣਾ ਲੈਣਾ ਆਪਣੇ? ਨਹੀਂ ਨਹੀਂ, ਗੁੜ ਵਾਲਾ ਤਾਂ ਫਿਰ ਹੋਰ ਤਰ੍ਹਾਂ ਹੋ ਜਾਂਦਾ ਜੀ, ਉਹ ਫਿਰ ਗਰਮ ਹੋ ਜਾਂਦਾ ਅਤੇ ਤਸੀਰ ਗਰਮ ਹੋ ਜਾਂਦੀ ਹੈ, ਖਰਾਬੀ ਕਰੂਗਾ। ਊਂ ਜਿਵੇਂ ਆਪਾਂ ਕੋਲਡ ਡਰਿੰਕ ਛੱਕਦੇ ਹਾਂ, ਉਹ 'ਚ ਕਿਤੇ ਬੜੀ ਭਾਰੀ ਮਾਤਰਾ 'ਚ ਆਪਾਂ ਨੂੰ ਪਤਾ ਹੀ ਹੈ ਕਿੰਨੀ ਸ਼ੂਗਰ ਹੁੰਦੀ। ਸ਼ੂਗਰ ਵਾਲਿਆਂ ਨੇ ਸ਼ਰਬਤ ਛੱਕਣਾ ਬਿਨਾਂ ਮਿੱਠਾ ਪਾਏ, ਉਹ ਇਹਦਾ ਪੀ ਸਕਦੇ ਨੇ ਜਿਹੜਾ ਆਪਾਂ ਪਹਿਲਾਂ ਥੋੜ੍ਹਾ ਗਰਮ ਕਰਿਆ ਸੀ। ਇਹ ਫਿਰ ਉਹ ਇਕੱਲਾ ਗੁਲਾਬ ਜਲ ਹੀ ਪੀ ਲੈਣ ਜੀ, ਉਹ ਜ਼ਿਆਦਾ ਵਧੀਆ ਵਾ, ਉਹ ਜ਼ਿਆਦਾ ਵਧੀਆ ਵਾ, ਕਿਉਂਕਿ ਮਿੱਠੇ ਤੋਂ ਬਿਨਾਂ ਤਾਂ ਇਹਦਾ ਫਿਰ ਉਹ ਟੇਸਟ ਨਹੀਂ ਆਉਣਾ ਨਾ, ਸ਼ਰਬਤ ਦਾ ਤਾਂ ਫਿਰ ਮਤਲਬ ਸਵਾਦ ਨਾਲ ਵੀ ਹੁੰਦਾ ਹੈ। ਅਤੇ ਜੇ ਆਪਾਂ ਉੱਦਾਂ ਹੀ ਛਕਣਾ ਫਿਰ ਉੱਦਾਂ ਵੀ ਕਹਿ ਲਓ ਵੀ ਸ਼ੂਗਰ ਵਾਲੇ ਜਿਹੜੇ ਨੇ ਵੀ ਉਹ ਹੋਰ ਚੀਜ਼ਾਂ ਦਾ ਸੇਵਨ ਕਰ ਲੈਣ ਤੋਂ ਜ਼ਿਆਦਾ ਵਧੀਆ ਜੀ, ਜ਼ਰੂਰੀ ਜੇ ਆਪਾਂ ਇਹਦਾ ਨਾ ਵੀ ਊਂ ਜਿਹੜੀਆਂ ਊਂ ਆਪਾਂ ਚੀਜ਼ਾਂ ਛਕਦੇ ਹਾਂ ਬਾਜ਼ਾਰੀ, ਵੀ ਕੋਲਡ ਡਰਿੰਕ ਵਗੈਰਾ ਛਕਦੇ ਹਾਂ ਜਾਂ ਹੋਰ ਸ਼ਰਬਤ ਆਸੇ ਪਾਸਿਓਂ ਬਾਜ਼ਾਰੀ ਛਕਦੇ ਹਾਂ ਆਪਾਂ, ਉਹਨੂੰ ਇਹ ਕਿਤੇ ਵਧੀਆ ਜੀ ਘਰ ਬਣਾ ਕੇ ਛਕਿਆ ਜਾਵੇ, ਅਤੇ ਗਰਮੀ ਗੁਰਮੀ ਹੋ ਗਈ ਜਾਂ ਹੋਰ ਇੱਦਾਂ ਦੀਆਂ ਕੋਈ ਛੋਟੀਆਂ ਮੋਟੀਆਂ ਦਿੱਕਤਾਂ, ਉਹਨਾਂ ਨੂੰ ਵਧੀਆ ਰੱਖਦਾ ਜੀ। ਸੋ ਕਰੀਬ 10-12 ਮਿੰਟ ਦੇ ਵਿੱਚ ਬਾਬਾ ਜੀ ਇਹ ਬਣ ਕੇ ਤਿਆਰ ਹੋ ਗਿਆ, ਅਤੇ ਇਹਦੀ ਪਛਾਣ ਕੀ ਹੈ ਵੀ ਹੁਣ ਤਿਆਰ ਵਰ ਤਿਆਰ ਹੈ? ਹੁਣ ਬਸ ਜੀ ਇਹ ਅਸਲ 'ਚ ਸ਼ਰਬਤ ਤਾਂ ਪਹਿਲਾਂ ਹੀ ਤਿਆਰ ਸੀਗਾ ਜੀ, ਵੀ ਜਿਹੜਾ ਆਪਾਂ ਗੁਲਾਬ ਜਲ 'ਚ ਉਹਨੂੰ 2-4 ਉਬਾਲੇ ਦਵਾ ਕੇ ਉਹਨੂੰ ਛਾਣ ਲਿਆ, ਹੁਣ ਤਾਂ ਸਿਰਫ ਚਾਣੀ ਦੇ ਪੱਕਣ ਦੀ ਦੇਰ ਸੀਗੀ, ਵੀ ਹੁਣ ਚਾਣੀ ਪੱਕ ਗਈ ਆ, ਦੇਖੋ ਲੱਗ ਗਈ ਆ ਚਾਣੀ ਉਬਲਾਈ ਆ, ਅਤੇ ਉਹਨੂੰ ਕੀ ਕਹਿੰਦੇ ਆ ਤਾਰ ਵਾਲੀ ਚਾਣੀ ਲੱਗ ਗਈ ਆ, ਅਤੇ ਚੀਜ਼ ਤਿਆਰ ਆ ਬਸ। ਹੁਣ ਛਕਣਾ ਕਿਵੇਂ ਫਿਰ, ਕਿੰਨੀ ਕੁਆਂਟਿਟੀ ਇਹਨੂੰ ਆਪਾਂ ਜਿਵੇਂ ਗਲਾਸ ਦੇ ਵਿੱਚ 2-4 ਚਮਚੇ ਜਿੰਨਾ ਮਿੱਠੇ ਦੇ ਹਿਸਾਬ ਨਾਲ ਤੁਸੀਂ ਰੱਖਣਾ, ਜਿਵੇਂ ਰੂਹ ਅਫਜ਼ਾ ਬਣਾਉਂਦੇ ਹੋ ਉਸੇ ਤਰ੍ਹਾਂ ਹੀ ਇਹ ਬਣਨਾ ਪਾਣੀ 'ਚ, ਇਹ ਪਾਣੀ ਨਾਲ, ਠੀਕ ਆ ਨਹੀਂ, ਪਾਣੀ ਨਾਲ ਬਣਨਾ ਬੜਾ ਵਧੀਆ। ਸੋ ਇਹਨੂੰ ਹੁਣ ਆਪਾਂ ਬੰਦ ਕਰਦੇ ਹਾਂ ਜੀ। ਸੋ ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਗੱਲਬਾਤ ਕੀਤੀ। ਸੰਦਲ ਦਾ ਸ਼ਰਬਤ ਬਣਾਉਣਾ ਆਪਾਂ ਸਿੱਖਿਆ, ਗਰਮੀਆਂ ਦੇ ਵਿੱਚ ਬੜਾ ਇਹ ਫਾਇਦੇਮੰਦ ਹੈ, ਜੇ ਪਿਸ਼ਾਬ ਪੀੜਾ ਹੁੰਦਾ ਗਰਮੀ ਪੈ ਗਈ ਅਤੇ ਸਟ੍ਰੈੱਸ ਜਿਹੜਾ ਉਹਦੇ ਲਈ ਕਾਫੀ ਲਾਭਕਾਰੀ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।